ਕੀ ਨਾਮ ਹੈ ਤੁਹਾਡਾ? ਮੈਂ ਜਗਤਾਰ ਸਿੰਘ ਕਾਲਾ ਝਾੜ, ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ। ਜਗਤਾਰ, ਜਿਵੇਂ ਜਿਹੜਾ ਅੱਜ 34 ਸੈਕਟਰ ਦੇ ਵਿੱਚ ਇਕੱਠ ਹੋਣ ਜਾ ਰਿਹਾ, ਖੇਤੀ ਨੀਤੀ ਨੂੰ ਲੈ ਕੇ ਹੋਰ ਕਿਹੜੀਆਂ ਕਿਹੜੀਆਂ ਮੰਗਾਂ ਨੇ ਇਹਦੇ ਨਾਲ ਸੰਬੰਧਿਤ, ਕਿੱਡਾ ਇਕੱਠ ਹੋਣ ਦੀ ਉਮੀਦ ਹੈ? ਦੇਖੋ, ਸਾਡੇ ਖੇਤੀ ਨੀਤੀ ਦੇ ਨਾਲ ਜੁੜਵੇਂ 8 ਮੁੱਦਿਆਂ ਦੇ ਉੱਤੇ ਅਸੀਂ ਉੱਥੇ ਜਾ ਰਹੇ ਹੈਗੇ ਹਾਂ। ਉਹਨਾਂ 8 ਮੁੱਦਿਆਂ 'ਚੋਂ ਨਿਕਲਦੀਆਂ ਮੰਗਾਂ ਹੈਗੀਆਂ ਨੇ, ਅਸੀਂ ਕਹਿੰਦੇ ਹਾਂ ਇੱਥੇ ਕਿਸਾਨ ਮਜ਼ਦੂਰ ਦੇ ਪੱਖ ਦੀ, ਵਾਤਾਵਰਨ ਦੇ ਪੱਖ ਦੀ ਨਵੀਂ ਖੇਤੀ ਨੀਤੀ ਆ ਸਰਕਾਰ ਬਣਾਵੇ, ਉਹਦੇ ਵਿੱਚ ਕਿਸਾਨਾਂ ਦੇ ਕਰਜ਼ੇ ਸਮੁੱਚੇ, ਪਹਿਲਾਂ ਤਾਂ ਸਮੁੱਚੇ ਕਰਜ਼ੇ ਖਤਮ ਕੀਤੇ ਜਾਣ, ਇਹਦੇ ਨਾਲ ਜਿਹੜੇ ਖੁਦਕੁਸ਼ੀ ਕਰ ਗਏ ਪਰਿਵਾਰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਅਤੇ ਮੁਆਵਜ਼ਾ ਦਿੱਤਾ ਜਾਵੇ, ਜਾਣੀ ਸਰਕਾਰ ਉਹਦੇ ਤੋਂ ਭੱਜ ਰਹੀ ਹੈਗੀ ਆ। ਜਿਹੜੇ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਦੇ 'ਚ ਬਹਾਨੇਬਾਜ਼ੀ ਕਰ ਰਹੀ ਆ ਸਰਕਾਰ। ਜੇ ਕੋਈ ਮੁੰਡਾ ਘਰੇ ਖੁਦਕੁਸ਼ੀ ਕਰ ਗਿਆ, ਉਹਨੂੰ ਕਹਿੰਦੇ ਤੇਰੇ ਨਾਂ 'ਤੇ ਕਰਜ਼ਾ ਨਹੀਂ ਹੈ, ਤੇਰੇ ਪਿਤਾ ਦੇ ਨਾਂ 'ਤੇ ਕਰਜ਼ਾ। ਇਸ ਕਰਕੇ ਜੇ ਘਰੇ ਕਲੇਸ਼ ਉਸ ਗੱਲ ਕਰਕੇ ਹੀ ਆ, ਕਰਜ਼ੇ ਕਰਕੇ। ਜੇ ਬਾਪ ਦੇ ਨਾਲ ਕਰਜ਼ਾ, ਪੁੱਤ ਨੂੰ ਫਿਕਰ ਹੁੰਦਾ, ਉਹਦੇ ਘਰ ਵਾਲੀ ਨੂੰ ਫਿਕਰ ਹੁੰਦਾ। ਇਹ ਸਰਤਾ ਸਰਕਾਰ ਖਤਮ ਕਰੇ। ਇੱਥੇ ਜਿਹੜਾ ਜਿਹੜੀ ਨਹਿਰੀ ਪਾਣੀਆਂ ਦਾ ਕਹੀਆਂ ਸਰਕਾਰ ਖੇਤਾਂ ਤੱਕ ਪਹੁੰਚਾਤਾ, ਉਹਦਾ ਕੋਈ ਠੋਸ ਪ੍ਰਬੰਧ ਨਹੀਂ ਹੈ। ਜਾਣੀ ਪਾਣੀ, ਨਹਿਰੀ ਪਾਣੀ ਖੇਤਾਂ ਤੱਕ, ਇਕੱਲੇ ਇਕੱਲੇ ਖੇਤ ਤੱਕ ਜਾਣੀ ਪਾਣੀ ਲੱਗ ਸਕਦਾ, ਧਰਤੀ 'ਚੋਂ ਕੱਢਣ ਦੀ ਲੋੜ ਨਹੀਂ ਹੈ। ਉਹੋ ਜਿਹੀ ਵਿਉਂਤਬੰਦੀ ਸਰਕਾਰ ਬਣਾਵੇ। ਇਹਨਾਂ ਸਰਕਾਰ ਤਾਂ ਕਹਿੰਦੀ ਹੈ ਬਣਾਤਾ ਸੀ ਘਰ ਘਰ ਪਾਣੀ, ਅਜੇ ਕੁਛ ਨਹੀਂ ਕੀਤਾ ਸਰਕਾਰ ਨੇ, ਖਿੱਖਣ ਕਰਦੀ ਆ ਸਰਕਾਰ। ਇਸ ਕਰਕੇ ਸਹੀ ਗੱਲ ਆ, ਜੇ ਤਾਂ ਜਿਹੜੇ ਉਹ ਹੈਗੇ 52 ਗੇਟ ਨੇ ਇਹਨਾਂ ਦੇ, ਉਹ ਸਾਰਾ ਪਾਣੀ ਜਿਹੜੀ ਪਾਕਿਸਤਾਨ ਨੂੰ ਜਾਈ ਜਾਂਦਾ, ਉਹ ਲੀਕ ਨੇ ਗੇਟ, ਉਹਦਾ ਕੁਛ ਨਹੀਂ ਕਰ ਰਹੀ ਸਰਕਾਰ, ਪਖੰਡ ਕਰਦੇ ਨੇ। ਇਸ ਕਰਕੇ ਅਸੀਂ ਕਹਿੰਦੇ ਹਾਂ ਖੇਤੀ ਨੀਤੀ ਦਾ ਜਿਹੜਾ ਖਰੜਾ ਅਸੀਂ ਦਿੱਤਾ ਸਰਕਾਰ ਨੂੰ ਪਹਿਲਾਂ, ਜਾਣੀ ਅਸੀਂ ਕਹਿ ਰਹੇ ਹੈਗੇ ਹਾਂ ਵੀ ਤੁਸੀਂ ਕਿਹਾ ਵੀ ਅਸੀਂ ਖੇਤੀ ਨੀਤੀ ਨਵੀਂ ਬਣਾਵਾਂਗੇ, ਪਰ ਉਲਟਾ ਅਮਰੀਕਾ ਤੋਂ 6 ਕਰੋੜ ਰੁਪਈਆ ਅਮਰੀਕਾ ਨੂੰ ਦੇਤਾ, ਉਹ 6 ਕਰੋੜ ਰੁਪਈਆ ਉਹ ਪੈਸੇ ਦੇ ਕੇ ਜਾਣੀ ਕਿਹਾ ਵੀ ਸਾਨੂੰ ਬਣਾ ਕੇ ਦਿਓ ਖੇਤੀ ਨੀਤੀ। ਅਸੀਂ ਕਹਿ ਰਹੇ ਉਹ ਕਾਰਪੋਰੇਟ ਘਰਾਣਿਆਂ ਤੋਂ ਕਾਹਦੇ ਵਾਸਤੇ ਮੰਗਦੇ ਹੋ? ਜਿਹੜਾ ਕਿਸਾਨਾਂ ਨੂੰ ਕਿਹਾ, ਮਜ਼ਦੂਰਾਂ ਨੂੰ ਕਿਹਾ ਖੇਤੀ ਨੀਤੀ ਦਾ ਖਰੜਾ ਦਿੱਤਾ, ਇਹ ਖਰੜਾ ਤਿਆਰ ਕਰੇ, ਬਣਾ ਤਾਂ ਦਿਓ, ਲਾਗੂ ਕਰਨ ਵਾਲੀ ਤਾਂ ਗੱਲ ਕਹਾਂ ਵੀ ਭਾਈ ਆਹ ਤੁਹਾਡੇ ਵਾਸਤੇ ਆਪਣਾਤਾ। ਜਾਣੀ 4 ਫਸਲਾਂ 'ਤੇ ਕਹਿੰਦੇ ਅਸੀਂ MSP ਦੇਵਾਂਗੇ, ਉਹ ਮੂੰਗੀ 'ਤੇ ਸੁੰਗੜ ਕਰਿਆ ਕਿ ਮੂੰਗੀ ਤੋਂ ਬਾਅਦ ਮੂੰਗੀ ਵੀ 0 ਹੋਊਗੀ। ਇਸ ਕਰਕੇ ਇਹ ਬਹਾਨੇਬਾਜ਼ੀਆਂ ਨੇ, ਸਰਕਾਰ ਖੇਤੀ ਨੀਤੀ ਮੋਰਚਾ ਸ਼ੁਰੂ ਹੋ ਗਿਆ ਆਉਣ ਵਾਲੇ ਦਿਨਾਂ 'ਚ। ਅਸੀਂ 4 ਤਰੀਕ ਨੂੰ ਮੀਟਿੰਗ ਕਰਾਂਗੇ, 5 ਤਰੀਕ ਨੂੰ ਅਗਲਾ ਐਲਾਨ ਕਰਾਂਗੇ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੈਂ ਜੋਰਾ ਸਿੰਘ ਨਸਰਾਲੀ, ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ। ਜੋਰਾ ਸਿੰਘ ਜੀ, ਜੇ ਅੱਜ ਤੁਸੀਂ ਚੰਡੀਗੜ੍ਹ ਜਾ ਰਹੇ ਹੋ ਜਥੇਬੰਦੀਆਂ ਨਾਲ ਇਕੱਠੇ ਹੋ ਕੇ, ਕਿਹੜੀਆਂ ਕਿਹੜੀਆਂ ਮੰਗਾਂ ਨੇ ਤੁਹਾਡੀਆਂ, ਕੀ ਰਣਨੀਤੀ ਬਣਾਈ ਹੋਈ ਅੱਜ? ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਖੇਤੀ ਨੀਤੀ ਬਣਾਉਣ ਅਤੇ ਵਾਤਾਵਰਨ ਪੱਖੀ, ਕਿਸਾਨ ਮਜ਼ਦੂਰ ਪੱਖੀ ਨੀਤੀ ਬਣਾਉਣ ਵਾਸਤੇ ਮੋਰਚਾ ਲੱਗ ਰਿਹਾ। ਇਸ ਮੋਰਚੇ ਦੀਆਂ ਜੋ ਪ੍ਰਮੁੱਖ ਮੰਗਾਂ ਨੇ, ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਜੋ ਸਰਕਾਰ ਹੈ ਉਹ ਕਾਰਪੋਰੇਟ ਘਰਾਣੇ ਦੇ ਪੱਖ ਦੀਆਂ ਜਿੰਨੀਆਂ ਨੀਤੀਆਂ ਬਣਾ ਰਹੀ ਹੈ ਖੇਤੀ ਸੈਕਟਰ ਨੂੰ ਉਜਾੜਨ ਵਾਸਤੇ, ਉਹ ਬੰਦ ਕੀਤੀਆਂ ਜਾਣ। ਮਜ਼ਦੂਰਾਂ ਅਤੇ ਕਿਸਾਨਾਂ ਦੀ ਜਿਹੜੀ ਜ਼ਮੀਨ ਦੀ ਟੋਟ ਹੈ ਉਹ ਪੂਰੀ ਕੀਤੀ ਜਾਵੇ। 17.5 ਏਕੜ ਤੋਂ ਉੱਪਰਲਾ ਜਿਹੜਾ ਕਾਨੂੰਨ ਆ ਉਹਨੂੰ ਲਾਗੂ ਕਰਦੇ ਹੋਏ ਜ਼ਮੀਨਾਂ ਨੇ ਜਿਹੜੀਆਂ ਉਹਦੀ ਉੱਪਰਲੀਆਂ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਦੇ ਵਿੱਚ ਬੇਜ਼ਮੀਨੇ ਕਿਸਾਨਾਂ 'ਚ ਵੰਡੀਆਂ ਜਾਣ। ਮਜ਼ਦੂਰਾਂ ਅਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਮਾਫ਼ ਕੀਤਾ ਜਾਵੇ, ਵਿਸ਼ੇਸ਼ ਤੌਰ 'ਤੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀਆਂ ਔਰਤਾਂ ਦੇ ਸਿਰ ਜਿਹੜਾ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਕਰਜ਼ਾ ਹੈਗਾ ਉਹ ਵੱਡੀ ਪੱਧਰ 'ਤੇ ਚੜ੍ਹਿਆ ਹੋਇਆ। ਅਸੀਂ ਇਹ ਮੰਗ ਲੈ ਕੇ ਆਏ ਹਾਂ ਵੀ ਖੇਤੀ ਦੇ ਵਿੱਚ ਉਹ ਚੀਜ਼ਾਂ ਲਾਈਆਂ ਜਾਣ ਜਿੱਥੇ ਮਤਲਬ ਮਜ਼ਦੂਰਾਂ ਨੂੰ ਰੁਜ਼ਗਾਰ ਮਿਲੇ, ਅਤੇ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਜਿਹੜੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਲੁੱਟ ਕਰ ਰਹੀਆਂ ਨੇ ਉਹ ਬੰਦ ਕੀਤੀਆਂ ਜਾਣ। ਇਹ ਮੋਰਚਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਮੇਰਾ ਨਾਮ ਹੈ ਜੀ ਸਰਬਜੀਤ ਸਿੰਘ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ। ਅੱਜ ਤੁਸੀਂ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਕਰਨ ਜਾ ਰਹੇ ਹੋ ਚੰਡੀਗੜ੍ਹ ਦੇ ਵਿੱਚ, ਕੀ ਮੰਗਾਂ ਲੈ ਕੇ ਕੀ ਹੈਗਾ ਤੁਹਾਡਾ? ਦੇਖੋ ਜੀ, ਜੋ ਕਿਸਾਨ ਯੂਨੀਅਨ ਨੇ ਖਾਡਾ ਬਣਾ ਕੇ ਦਿੱਤਾ ਹੋਇਆ ਪੰਜਾਬ ਸਰਕਾਰ ਨੂੰ ਲੋਕ ਪੱਖੀ ਖੇਤੀ ਨੀਤੀ ਦਾ, ਅਸੀਂ ਚਾਹੁੰਦੇ ਹਾਂ ਕਿ ਉਹ ਲੋਕ ਪੱਖੀ ਖੇਤੀ ਨੀਤੀ ਸਰਕਾਰ ਲਾਗੂ ਕਰੇ, ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਨੂੰ ਮੰਨਿਆ ਜਾਵੇ। ਉਸ ਤੋਂ ਬਾਅਦ 'ਚ ਜਿਹੜੇ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਮੁਆਵਜ਼ੇ ਦੀ ਮੰਗ ਆ ਉਹਨੂੰ ਪੂਰਾ ਕੀਤਾ ਜਾਵੇ। ਔਰ ਅਸੀਂ ਹਮੇਸ਼ਾ ਇਹਨਾਂ ਉੱਤੇ ਹੀ ਜਿਹੜਾ ਲੜਦੇ ਆ ਰਹੇ ਖੇਤੀ ਸੰਕਟ ਦੇ ਉੱਤੇ, ਕਿਉਂਕਿ ਪਹਿਲਾਂ ਵੀ ਅਸੀਂ ਦੇਸ਼ ਦੀ ਰਾਖੀ ਕਰਕੇ ਆਏ ਹਾਂ,
ਸੈਨਾ ਦੇ ਵਿੱਚ ਬਾਰਡਰਾਂ ਦੇ ਉੱਪਰ ਆਪਣੇ ਦੇਸ਼ ਨੂੰ ਬਚਾਉਣ ਦੀ ਗੱਲ ਹੁੰਦੀ ਤਾਂ ਅਸੀਂ ਉੱਥੇ ਆਪਣੇ ਸੀਨੇ ਡਾਹ ਕੇ ਖੜ੍ਹੇ ਹਾਂ। ਇੱਥੇ ਸਾਡੀ ਖੇਤੀ ਨੂੰ ਬਚਾਉਣ ਦੀ ਗੱਲ ਹੈ, ਸਾਡੇ ਮਜ਼ਦੂਰਾਂ ਨੂੰ ਬਚਾਉਣ ਦੀ ਗੱਲ ਆ, ਤਾਂ ਉੱਥੇ ਵੀ ਅਸੀਂ ਜਿਹੜੇ ਕਿਸਾਨ ਯੂਨੀਅਨ ਦੇ ਨਾਲ ਰਲ ਕੇ ਅਸੀਂ ਇਹ ਲੜਾਈ ਨੂੰ ਜਾਰੀ ਰੱਖਾਂਗੇ, ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਕਿਸਾਨ ਹਾਂ। ਅਸੀਂ ਕਿਸਾਨ ਮਜ਼ਦੂਰ ਪਰਿਵਾਰਾਂ 'ਚ ਉੱਠ ਕੇ ਹੀ ਫੌਜ ਦੇ ਵਿੱਚ ਗਏ ਸੀ ਔਰ ਦੇਸ਼ ਦੀ ਰੱਖਿਆ ਕਰਕੇ ਹਾਂ। ਹੁਣ ਅਸੀਂ ਦੁਬਾਰਾ ਉਸੇ ਆਪਣੇ ਪੰਜਾਬ ਨੂੰ, ਉਸੇ ਕਿਸਾਨੀ ਨੂੰ, ਉਸੇ ਮਜ਼ਦੂਰੀ ਨੂੰ ਬਚਾਉਣਾ ਚਾਹੁੰਦੇ ਹਾਂ।